ਪਤੰਜਲੀ ਇਸ਼ਤਿਹਾਰ ਕੇਸ ਇੱਕ ਵਾਰ ਫੇਰ ਰਾਮਦੇਵ ਤੇ ਉਹਨਾਂ ਦੇ ਸਾਥੀ ਬਾਲ ਕਿਸ਼ਨ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਸੁਪਰੀਮ ਕੋਰਟ ਨੇ ਦੋਵਾਂ ਨੂੰ ਰਾਹਤ ਨਹੀਂ ਦਿੱਤੀ ਹੈ। ਸੁਪਰੀਮ ਕੋਰਟ 'ਚ ਦੋਵਾਂ ਦੀ ਸੁਣਵਾਈ ਹੋਈ ਪਰ ਇਸ ਮਾਮਲੇ 'ਚ ਸੁਪਰੀਮ ਕੋਰਟ ਨੇ ਦੋਵਾਂ ਨੂੰ ਮਾਫ਼ ਨਹੀਂ ਕੀਤਾ। ਜਸਟਿਸ ਹੇਮਾ ਕੋਹਲੀ ਤੇ ਜਸਟਿਸ ਅਮਾਨਤੁੱਲਾ ਦੀ ਬੈਂਚ ਦੇ ਸਾਹਮਣੇ ਬਾਬਾ ਰਾਮਦੇਵ ਤੇ ਬਾਲ ਕਿਸ਼ਨ ਤੀਸਰੀ ਵਾਰ ਪੇਸ਼ ਹੋਏ ਤੇ ਇਸ ਵਾਰ ਵੀ ਕੋਰਟ ਅੱਗੇ ਮਾਫ਼ੀਨਾਮਾ ਪੇਸ਼ ਕੀਤਾ ਤੇ ਕਿਹਾ ਕਿ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਤੇ ਆਪਣੀ ਗਲਤੀ ਲਈ ਲੋਕਾਂ 'ਚ ਜਾ ਕੇ ਮਾਫ਼ੀ ਮੰਗਣ ਲਈ ਵੀ ਤਿਆਰ ਨੇ। ਪਰ ਕੋਰਟ ਨੇ ਕਿਹਾ ਕਿ ਤੁਸੀਂ ਇੰਨੇ ਮਾਸੂਮ ਨਹੀਂ ਹੋ, ਅਜਿਹਾ ਨਹੀਂ ਲੱਗ ਰਿਹਾ ਕਿ ਤੁਹਾਡਾ ਹਿਰਦੇ ਪਰਿਵਰਤਨ ਹੋਇਆ, ਕਿਉਂਕਿ ਪੇਸ਼ੀ ਦੇ ਦੌਰਾਨ ਵੀ ਦੋਵਾਂ ਦੇ ਉਹੀ ਬਿਆਨ ਸਨ ਜੋ ਪਹਿਲਾਂ ਸਨ, ਜਿਸ ਕਾਰਨ ਕੋਰਟ ਦਾ ਕਹਿਣਾ ਸੀ ਕਿ ਤੁਸੀਂ ਅਜੇ ਵੀ ਇਸੇ ਗੱਲ ਤੇ ਅੜੇ ਹੋਏ ਹੋ ਤੇ ਇਸ ਮਾਮਲੇ 'ਚ 23 ਅਪ੍ਰੈਲ ਨੂੰ ਦੇਖਾਂਗੇ ਤੇ ਤੁਸੀਂ ਉਸ ਦਿਨ ਵੀ ਕੋਰਟ ਦੇ ਵਿੱਚ ਮੌਜੂਦ ਰਹਿਣਾ। ਅਦਾਲਤ ਦਾ ਕਹਿਣਾ ਹੈ ਕਿ ਰਾਮਦੇਵ ਅਤੇ ਉਹਨਾਂ ਦੇ ਸਹਿਯੋਗੀ ਬਾਲ ਕਿਸ਼ਨ ਨੇ ਲਾ ਇਲਾਜ ਬਿਮਾਰੀਆਂ ਦੇ ਆਪਣੇ ਆਯੁਰਵੈਦਿਕ ਇਲਾਜ ਨੂੰ ਉਤਸ਼ਾਹਿਤ ਕਰਨ ਲਈ ਐਲੋਪੈਥੀ ਦਵਾਈਆਂ ਨੂੰ ਬਦਨਾਮ ਕੀਤਾ। ਅਦਾਲਤ ਦੇ ਹੁਕਮਾਂ ਦੇ ਬਾਵਜੂਦ ਤੁਸੀਂ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਤੇ ਉਹੀ ਗੱਲਾਂ ਕਹੀਆਂ ਨੇ। ਦੱਸਣਾ ਬਣਦਾ ਹੈ ਕਿ 2 ਅਤੇ 9 ਅਪ੍ਰੈਲ ਨੂੰ ਵੀ ਪਤੰਜਲੀ ਨੇ ਮਾਫ਼ੀ ਮੰਗੀ ਸੀ ਪਰ ਕੋਰਟ ਨੇ ਕਿਹਾ ਸੀ ਕਿ ਇਹ ਸਿਰਫ ਖਾਨਾ ਪੂਰਤੀ ਹੈ ਤੇ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਤੁਹਾਡੇ ਅੰਦਰ ਮਾਫ਼ੀ ਦਾ ਭਾਵ ਹੀ ਨਜ਼ਰ ਨਹੀਂ ਆ ਰਿਹਾ। ਦੱਸਣਾ ਬਣਦਾ ਹੈ ਕਿ ਪਤੰਜਲੀ ਤੇ 2 ਵੱਡੇ ਇਲਜ਼ਾਮ ਲੱਗੇ ਨੇ ਕਿ ਪਤੰਜਲੀ ਨੇ ਦਾਅਵਾ ਕੀਤਾ ਸੀ ਕਿ ਪਤੰਜਲੀ ਪ੍ਰੋਡਕਟ ਕੋਵਿਡ-19 ਸਮੇਤ ਕੁਝ ਹੋਰ ਬਿਮਾਰੀਆਂ ਨੂੰ ਵੀ ਠੀਕ ਕਰ ਸਕਦੇ ਨੇ, ਕਿਉਂਕਿ ਕੋਵਿਡ ਦੇ ਸਮੇਂ ਪਤੰਜਲੀ ਨੇ ਇੱਕ ਵੈਕਸੀਨ ਬਣਾਈ ਸੀ ਜਿਸਦਾ ਨਾਮ ਸੀ ਕੋਰੋਲਿਨ ਤੇ ਦਾਅਵਾ ਕੀਤਾ ਸੀ ਕਿ ਇਹ ਵੈਕਸੀਨ ਕੋਵਿਡ ਦੇ ਨਾਲ ਨਾਲ ਹੋਰ ਬਿਮਾਰੀਆਂ ਨੂੰ ਵੀ ਠੀਕ ਕਰ ਦੇਵੇਗੀ। ਜਿਸ ਤੋਂ ਬਾਅਦ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ 17 ਅਗਸਤ 2022 ਨੂੰ ਸੁਪਰੀਮ ਕੋਰਟ 'ਚ ਪਤੰਜਲੀ ਦੇ ਖਿਲਾਫ਼ ਇੱਕ ਐਪਲੀਕੇਸ਼ਨ ਦਿੱਤੀ ਗਈ ਸੀ ਜਿਸ 'ਚ ਕਿਹਾ ਗਿਆ ਸੀ ਕਿ ਪਤੰਜਲੀ ਨੇ 2 ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਪਹਿਲਾ ਹੈ ਡਰੱਗਸ ਐਂਡ ਮੈਜਿਕ ਰੈਮਿਡੀਜ਼ ਐਕਟ 1954, ਜਿਸ ਦੇ ਤਹਿਤ ਕਿਸੇ ਵੀ ਬਿਮਾਰੀ ਨੂੰ ਸਾਇੰਟੀਫਿਕ ਪ੍ਰੂਫ ਤੋਂ ਪੂਰੀ ਤਰ੍ਹਾਂ ਠੀਕ ਕਰਨ ਦਾ ਦਾਅਵਾ, ਤੇ ਦੂਜਾ ਸੀ ਕੰਜ਼ਿਊਮਰ ਪ੍ਰੋਟੈਕਟ ਐਕਸ਼ਨ 2019, ਜਿਸ ਦੇ ਤਹਿਤ ਜਦੋਂ ਵੀ ਕੋਈ ਕੰਪਨੀ ਝੂਠਾ ਪ੍ਰਚਾਰ ਕਰਦੀ ਹੈ ਜੋ ਉਪਭੋਗਤਾਵਾਂ ਦੇ ਹਿੱਤ 'ਚ ਨਹੀਂ ਹੁੰਦਾ, ਜਿਸ ਕਾਰਨ ਰਾਮਦੇਵ ਤੇ ਉਹਨਾਂ ਦੇ ਸਾਥੀ ਬਾਲ ਕਿਸ਼ਨ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਨੇ। ਪਰ ਕੋਰਟ ਦੀ ਹੇਅਰਿੰਗ ਤੋਂ ਬਾਅਦ ਰਾਮਦੇਵ ਨੇ ਕੀ ਕਿਹਾ ਤੁਸੀਂ ਖੁਦ ਹੀ ਸੁਣੋ। ਬਾਲ ਕਿਸ਼ਨ ਜੀ ਅਭੀ ਕੋਰਟ ਨੇ ਕੁਝ ਐਕਸੈਪਟੈਂਸ ਦਿਆ ਹੈ, ਆਪਕੋ ਕੁਝ ਕਹਿਣਾ ਚਾਹੇਂਗੇ? ਬਾਬਾ ਜੀ, ਕੋਰਟ ਨੇ ਆਪਸੇ ਬਾਤ ਕੀ, ਕੋਰਟ ਨੇ ਆਪਸੇ ਬਾਤ ਕੀ, ਆਪ ਕੁਝ ਕਹਿਣਾ ਚਾਹੇਂਗੇ? ਬਾਬਾ ਜੀ ਨਿਆਂਪਾਲਿਕਾ ਪੇ ਭਰੋਸਾ ਹੈ?